ਬਜ਼ੁਰਗ ਬੈਠੇ ਨੇ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਔਰ ਮੇਰੇ ਬੱਚੇ ਵੀ ਦਿਸਦੇ ਪਏ ਨੇ ਅੱਜ ਤੁਹਾਨੂੰ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਤੁਹਾਡਾ ਮੈਂ ਧੰਨਵਾਦ ਕਰਦੀ ਹਾਂ ਤੁਹਾਡਾ ਸਤਿਕਾਰ ਕਰਦੀ ਹਾਂ ਔਰ ਤੁਹਾਨੂੰ ਬਹੁਤ ਬਹੁਤ ਪਿਆਰ ਜਿੱਦਾਂ ਕਿ ਤੁਸੀਂ ਸਾਰੇ ਦੇਖ ਰਹੇ ਹੋ ਕਿ ਇਹ ਜਿਹੜਾ ਕਿਸਾਨ ਅੰਦੋਲਨ ਹੈ ਇਹਨੇ ਬਹੁਤ ਵੱਡਾ ਰੂਪ ਧਾਰਨ ਕਰ ਲਿਆ ਹੋਇਆ ਔਰ ਪੂਰੀ ਦੁਨੀਆ ਦੇ ਵਿੱਚ ਇਹਦੀ ਚਰਚਾ ਜਿਹੜੀ ਆ ਉਹ ਹੋ ਰਹੀ ਆ ਕਿਉਂਕਿ ਇੱਦਾਂ ਦੀ ਚੀਜ਼ ਨਾ ਤਾਂ ਦੁਨੀਆ ਭਰ 'ਚ ਪਹਿਲਾਂ ਕਿਸੇ ਨੇ ਦੇਖੀ ਸੀ ਔਰ ਨਾ ਹੀ ਮੈਨੂੰ ਲੱਗਦਾ ਕਿ ਜਿੱਦਾਂ ਦੀ ਐਗਜ਼ਾਮਪਲ ਆਪਾਂ ਸੈੱਟ ਕਰ ਚੁੱਕੇ ਹਾਂ ਮੈਨੂੰ ਨਹੀਂ ਲੱਗਦਾ ਦੁਬਾਰਾ ਕੋਈ ਦੇਖ ਪਾਊਗਾ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡੀ ਮਿਸਾਲ ਹੈ ਇੰਨੀ ਏਕਤਾ ਸਾਰਿਆਂ ਦਾ ਇੱਕਜੁੱਟ ਹੋਣਾ ਇਹ ਇੱਕ ਵਾਈਬ ਹੀ ਹੁੰਦੀ ਆ ਜਿਹੜੀ ਬਣ ਜਾਂਦੀ ਆ ਔਰ ਉਹ ਵਾਈਬ ਜਿਹੜੀ ਆ ਜਦੋਂ ਅਸੀਂ ਪਿੱਛੋਂ 12 ਕਿਲੋਮੀਟਰ ਪਿੱਛੋਂ ਜਦੋਂ ਆਉਂਦੇ ਹਾਂ ਨਾ ਤੈਨੂੰ ਚੱਲ ਗਿਆ ਉਦੋਂ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਆ ਗੱਲਾਂ ਜਿਹੜੀਆਂ ਗੱਲਾਂ 'ਚੋਂ ਸੇਕ ਨਿਕਲਣਾ ਸ਼ੁਰੂ ਹੋ ਜਾਂਦਾ ਕੰਢੇ ਖੜੇ ਹੋ ਜਾਂਦੇ ਆ ਮੈਂ ਹੁਣ ਵੀ ਗੱਲ ਕਰਦੀ ਕਰਦੀ ਭਾਵੁਕ ਹੋ ਰਹੀ ਹਾਂ ਪਰ ਮੈਂ ਇੱਥੇ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣ ਆਈ ਹਾਂ ਕਿ ਇਹ ਆਪਣਾ ਜਿਹੜਾ ਜੋਸ਼ ਆ ਇਹ ਜਜ਼ਬਾ ਤੇ ਇਹ ਜਨੂੰਨ ਜਿਹੜਾ ਇੱਦਾਂ ਹੀ ਬਣਾਈ ਰੱਖੋ ਇਹ ਏਕਤਾ ਇੱਦਾਂ ਹੀ ਬਰਕਰਾਰ ਰੱਖੋ ਇਹ ਸੰਘਰਸ਼ ਜਿਹੜਾ ਹੈ ਇਹ ਬਹੁਤ ਪਹਿਲਾਂ ਸ਼ੁਰੂ ਹੋ ਚੁੱਕਾ ਹੋਇਆ ਸੀ ਔਰ ਇਹ ਸੰਘਰਸ਼ ਉਦੋਂ ਤੱਕ ਇੱਦਾਂ ਹੀ ਚੱਲਦਾ ਰਹੂਗਾ ਜਦ ਤੱਕ ਅਸੀਂ ਫਤਿਹ ਪ੍ਰਾਪਤ ਕਰਕੇ ਇੱਥੋਂ ਨਹੀਂ ਜਾਂਦੇ ਔਰ ਇਹ ਗੱਲ ਸਰਕਾਰ ਵੀ ਬਹੁਤ ਚੰਗੀ ਤਰ੍ਹਾਂ ਸਮਝ ਚੁੱਕੀ ਹੋਈ ਆ ਕਿਉਂਕਿ ਉਹ ਸਾਨੂੰ ਬਹੁਤ ਤਰੀਕਿਆਂ ਨਾਲ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਆ ਬਹੁਤ ਤਰੀਕਿਆਂ ਨਾਲ ਸਾਨੂੰ ਭੜਕਾਇਆ ਜਾ ਰਿਹਾ ਮੈਂ ਜਦੋਂ ਆਉਂਦੀ ਹਾਂ ਤੇ ਮੀਡੀਆ ਵਾਲੇ ਮੈਨੂੰ ਜਿੰਨੀ ਵਾਰੀ ਵੀ ਮੈਂ ਆਈਏ ਕੋਈ ਸਵਾਲ ਪੁੱਛਦੇ ਨੇ ਆਹ ਸਾਡੇ ਤੇ ਇਲਜ਼ਾਮ ਲੱਗ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਇਹੀ ਗੱਲ ਕਹਿੰਦੀ ਹਾਂ ਕਿ ਪਹਿਲੇ ਦਿਨ ਜਦੋਂ ਮੈਂ ਆਈ ਸੀ ਮੈਂ ਇਹੀ ਗੱਲ ਕਹੀ ਸੀ ਕਿ ਸਬਰ ਸੰਤੋਖ ਨਾਲ ਕੰਮ ਲੈਣਾ ਹੈ ਆਪਾਂ ਪੇਸ਼ੈਂਸ ਦੀ ਗੱਲ ਹੈ ਸਾਰੀ ਆਪਣਾ ਇਮਤਿਹਾਨ ਹੋ ਰਿਹਾ ਆਪਣਾ ਟੈਸਟ ਹੋ ਰਿਹਾ ਔਰ ਇਹਦੇ 'ਚ ਆਪਾਂ ਪਾਸ ਹੋ ਕੇ ਸਾਰਿਆਂ ਨੇ ਜਾਣਾ ਆ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਹੁਤ ਮਿਹਰ ਹੈ ਆਪਣੇ ਤੇ ਕਿ ਆਪਾਂ ਜਿਹੜੀ ਇਹ ਏਕਤਾ ਜਿਹੜੀ ਬਣਾਈ ਹੋਈ ਆ ਇਹਨੂੰ ਇੱਦਾਂ ਹੀ ਕਾਇਮ ਰੱਖਣਾ ਮੇਰੀ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਇਹੀ ਦਰਖਾਸਤ ਆ ਕਿ ਪਲੀਜ਼ ਆਪਣੀ ਯੂਨਿਟੀ ਜਿਹੜੀ ਇਹਨੂੰ ਟੁੱਟਣ ਨਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ